ਪਿੰਡ ਵਾਂ ਤਾਰਾ ਸਿੰਘ ਦੇ ਵੱਖ ਵੱਖ ਖੇਤਾਂ ਵਿੱਚੋਂ ਹੈਰੋਇਨ ਅਤੇ ਡਰੋਨ ਬਰਾਮਦ। 1 ਕਿਲੋ 23 ਗ੍ਰਾਮ ਹੈਰੋਇਨ ਕੀਤੀ ਬਰਾਮਦ। ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਿਆਂ ਦੀ ਖਿਲਾਫ ਜਿਹੜੀ ਮੁਹਿੰਮ ਹੈ ਉਹਦੇ ਵਿੱਚ ਸ਼੍ਰੀ ਗੌਰਵ ਯਾਦਵ IPS DGP ਸਾਹਿਬ ਪੰਜਾਬ, ਸ਼੍ਰੀ ਅਭਿਮਨਿਊ ਰਾਣਾ IPS SSP ਤਰਨ ਤਾਰਨ ਦੀਆਂ ਹਦਾਇਤਾਂ ਮੁਤਾਬਕ ਜਿੱਥੇ ਅਸੀਂ ਦੀਵਾਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਚੌਕਸੀ ਅਤੇ ਫੋਰਸ ਵਧਾਈ ਹੈ, ਉੱਥੇ ਨਾਲ ਦੀ ਨਾਲ ਅਸੀਂ ਜਿਹੜਾ ਬਾਰਡਰ ਨੂੰ ਵੀ ਜਿਹੜੀ ਆ ਚੌਕਸੀ ਕਾਫੀ ਵਧਾਈ ਗਈ ਹੈ। ਸੋ ਇੱਕ ਸਾਂਝਾ ਸਰਚ ਆਪਰੇਸ਼ਨ ਅੱਜ ਕੀਤਾ ਗਿਆ BSF ਅਤੇ ਪੰਜਾਬ ਪੁਲਿਸ ਦੇ, ਅਤੇ ਖਾਲੜਾ ਥਾਣੇ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ, ਜਿੱਥੇ ਜਿਹੜੀ ਇੱਕ ਤਾਂ ਪਹਿਲਾਂ ਕੁਲਦੀਪ ਸਿੰਘ ਸਨ, ਉਹ ਪਿਆਰਾ ਸਿੰਘ ਜਿਹੜਾ ਵਾਂ ਤਾਰਾ ਸਿੰਘ ਦਾ ਰਹਿਣ ਵਾਲਾ ਹੈ, ਇਹਦੇ ਖੇਤਾਂ ਦੇ ਵਿੱਚੋਂ ਇੱਕ ਡਰੋਨ ਅਤੇ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ। ਜਦੋਂ ਖੋਲ੍ਹ ਕੇ ਚੈੱਕ ਕੀਤਾ ਇਹਦੇ ਵਿੱਚੋਂ ਹੈਰੋਇਨ ਬਰਾਮਦ ਹੋਈ ਹੈ, ਜਿਹਦਾ ਵਜ਼ਨ ਜਿਹੜਾ ਵਾ ਉਹ 511 ਗ੍ਰਾਮ ਹੋਇਆ। ਇਸੇ ਲੜੀ ਦੇ ਵਿੱਚ ਸਰਚ ਆਪਰੇਸ਼ਨ ਅੱਗੇ ਕੀਤਾ ਗਿਆ ਅਤੇ ਗੁਰਲਾਲ ਸਿੰਘ ਸਨ, ਉਹ ਅੰਗਰੇਜ਼ ਸਿੰਘ ਜਿਹੜਾ ਵਾਂ ਤਾਰਾ ਸਿੰਘ ਦਾ, ਇਹਦੀ ਜ਼ਮੀਨ ਦੇ ਵਿੱਚੋਂ ਇੱਕ ਡਰੋਨ ਅਤੇ ਇੱਕ ਹੈਰੋਇਨ ਦਾ ਪੈਕਟ ਮਿਲਿਆ ਜਿਹੜਾ 511 ਗ੍ਰਾਮ ਬਰਾਮਦ ਹੋਇਆ। ਸੋ ਜੇ ਆਪਾਂ ਇਹਦੀ ਟੋਟਲ ਗੱਲ ਕਰੀਏ ਤਾਂ 1 ਕਿਲੋ 23 ਗ੍ਰਾਮ ਹੈਰੋਇਨ ਜਿਹੜੀ ਆ ਉਹ ਰਿਕਵਰ ਹੋਈ ਆ, ਕਿਉਂਕਿ ਇਹਨਾਂ ਦੀਆਂ ਲੋਕੇਸ਼ਨਾਂ ਅਤੇ ਜਗ੍ਹਾ ਵੱਖਰੀ ਵੱਖਰੀ ਸੀ ਅਤੇ ਇਹਦੇ ਸੰਬੰਧੀ ਜਿਹੜੇ ਦੋ ਵੱਖਰੇ ਵੱਖਰੇ ਮੁਕੱਦਮੇ 152 ਨੰਬਰ ਅਤੇ 153 ਨੰਬਰ 21 ਸੀ, ਅਤੇ 10, 11, 12 ਏਅਰਕ੍ਰਾਫਟ ਐਕਟ ਥਾਣਾ ਖਾਲੜਾ ਜਿਹੜੀ ਆ ਉਹ ਦਰਜ ਰਜਿਸਟਰ ਕਰਕੇ ਇਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ। ਸੋ BSF ਅਤੇ ਪੰਜਾਬ ਪੁਲਿਸ ਦੀ ਜਿਹੜੀ ਚੌਕਸੀ ਦਾ ਇਹ ਨਤੀਜਾ ਆ ਵੀ ਬਾਰਡਰ 'ਤੇ ਲਗਾਤਾਰ ਜਿਹੜੀਆਂ ਬਰਾਮਦਗੀਆਂ ਹੋ ਰਹੀਆਂ ਨੇ। ਸੋ ਇਸ ਲੜੀ ਦੇ ਵਿੱਚ ਅਸੀਂ ਕਾਫੀ ਵਿਅਕਤੀ ਜਿਹੜੇ ਫੜ ਕੇ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਹਨ। ਤੁਹਾਨੂੰ ਯਾਦ ਹੋਵੇਗਾ ਅਸੀਂ ਚੰਨ ਇੱਕ ਦਿਨ ਪਹਿਲਾਂ ਹੀ 68F ਥੱਲੇ ਕਾਰਵਾਈ ਕਰਦੇ ਹੋਏ 1 ਕਰੋੜ ਅਤੇ 14 ਲੱਖ ਰੁਪਏ ਦੀ ਜਾਇਦਾਦ ਜਿਹੜੀ ਸਮੱਗਲਰਾਂ ਨੇ ਇਹਨਾਂ ਗਤੀਵਿਧੀਆਂ ਰਾਹੀਂ ਬਣਾਈ ਆ ਉਹ ਅਸੀਂ ਜ਼ਬਤ ਕਰਾ ਚੁੱਕੇ ਹਾਂ। ਸੋ ਜਿਹੜੀ ਚੌਕਸੀ ਆ ਉਹ BSF ਅਤੇ ਪੰਜਾਬ ਪੁਲਿਸ ਦੀ ਜਿਹੜੀ ਆ ਉਹ ਬਾਰਡਰ ਦੇ ਉੱਤੇ ਵਧੀ ਹੋਈ ਹੈ, ਜਿਹਦਾ ਨਤੀਜਾ ਇਹ ਬਰਾਮਦਗੀਆਂ ਰਾਹੀਂ ਨਜ਼ਰ ਆ ਰਿਹਾ। ਸੋ ਮੈਂ ਇੱਥੇ ਤਾੜਨਾ ਕਰਨਾ ਚਾਹੁੰਦਾ ਜਿਹੜੇ ਇਸ ਅਵੈਧ ਧੰਦੇ ਦੇ ਵਿੱਚ ਫਸੇ ਨੇ ਕਿ ਇਸ ਕਰਮਾਂ ਤੋਂ ਬਾਜ਼ ਆ ਜਾਣ। ਮੈਂ ਵਾਰ ਵਾਰ ਇੱਕੋ ਹੀ ਗੱਲ ਕਹਿੰਦਾ ਹੁੰਦਾ ਵੀ ਇਹ ਗੋਰਖ ਧੰਦੇ ਦੇ ਵਿੱਚੋਂ ਬਣਾਈਆਂ ਗਈਆਂ ਜਾਇਦਾਦਾਂ ਜ਼ਮੀਨਾਂ 1 ਮਿੰਟ ਦੇ ਵਿੱਚ ਜਿਹੜੀਆਂ ਇਹ ਜ਼ਬਤ ਹੋ ਜਾਂਦੀਆਂ ਨੇ। ਸੋ ਮੈਂ ਧੰਨਵਾਦ ਵੀ ਕਰਦਾ ਹਾਂ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਬਰਾਮਦਗੀਆਂ ਦੇ ਵਿੱਚ ਇਨਫੋਰਮੇਸ਼ਨ ਦੇ ਕੇ ਸਹਿਯੋਗ ਦਿੱਤਾ, ਅਤੇ ਉਹਨਾਂ ਨੂੰ ਸਰਕਾਰ ਵੱਲੋਂ DGP ਸਾਹਿਬ ਵੱਲੋਂ ਜਿਹੜੇ ਵਾਜਬ ਇਨਾਮ ਵੀ ਦਿੱਤੇ ਜਾਣਗੇ। ਸੋ ਜਿਹੜੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਜਲਦ ਤੋਂ ਜਲਦ ਇਹਨਾਂ ਮੁਕੱਦਮਿਆਂ ਦੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰਕੇ ਅਤੇ ਪੇਸ਼ ਅਦਾਲਤ ਕੀਤਾ ਜਾਵੇ।